ਇਹਨਾਂ ਦਾ ਸਭ ਕੇਰਾਂ ਬੰਦਾ ਲਿਆ ਮੰਗਾ ਲਓ, ਅਸੀਂ ਉਦੋਂ ਹੀ ਖੋਲਦੇ ਹਾਂ, ਅਸੀਂ ਤੁਹਾਨੂੰ ਜਵਾਬ ਨਹੀਂ ਦਿੰਦੇ। ਮੁੰਡਾ ਹੈਗਾ ਗੱਡੀਆਂ ਬੈਠਿਆ, ਮੁੰਡਾ ਪਛਾਣ ਲਿਆ, ਜੇ ਨਾ ਲੱਗਿਆ ਜੇ ਨਵਾਂ ਹੋਇਆ ਫਿਰ ਜਾਮ ਲਾਵੇਂਗੇ। ਬਾਕੀ ਇੱਧਰ ਆਇਓ ਯਾਰ। ਟੋਲ ਪਲਾਜ਼ਾ ਤੇ ਵਿਗੜਿਆ ਮਾਹੌਲ, ਪੰਜਾਬ ਰੋਡਵੇਜ਼ ਦੇ ਕੰਡਕਟਰ ਅਤੇ ਟੋਲ ਕਰਮੀ ਹੋਏ ਹੱਥੋਂ ਪਾਈ। ਹੰਗਾਮੇ ਤੋਂ ਬਾਅਦ ਲੋਕਾਂ ਨੇ ਕਰ ਦਿੱਤਾ ਹਾਈਵੇ ਜਾਮ। ਮੌਕੇ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ। ਦੱਸ ਦੇ ਕਿ ਪੰਜਾਬ ਰੋਡਵੇਜ਼ ਦੀ ਬੱਸ ਦੇ ਕੰਡਕਟਰ ਅਤੇ ਟੋਲ ਪਲਾਜ਼ੇ ਦੇ ਕਰਿੰਦਿਆਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਇਹ ਹੱਥੋਂ ਪਾਈ 'ਤੇ ਆ ਜਾਂਦੇ ਨੇ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਅਤੇ ਜਿਸ ਤੋਂ ਬਾਅਦ ਮੌਕੇ 'ਤੇ ਲੋਕਾਂ ਵੱਲੋਂ ਹਾਈਵੇ ਵੀ ਜਾਮ ਕਰ ਦਿੱਤਾ ਜਾਂਦਾ ਹੈ। ਇਸ ਸੰਬੰਧੀ ਜਦ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ 'ਤੇ ਪਹੁੰਚ ਕੇ ਉਹਨਾਂ ਵੱਲੋਂ ਮਾਹੌਲ ਸ਼ਾਂਤ ਕਰਵਾ ਕੇ ਜਾਮ ਖੁਲਵਾ ਦਿੱਤਾ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੰਭੂ ਟੋਲ ਪਲਾਜ਼ਾ 'ਤੇ ਪੰਜਾਬ ਰੋਡਵੇਜ਼ ਦੀ ਬੱਸ ਦੇ ਅੱਗੇ ਦੋ ਗੱਡੀਆਂ ਖੜੀਆਂ ਸੀ ਅਤੇ ਟੋਲ ਕੱਟਣ ਦੇ ਵਿੱਚ ਕੋਈ ਪਰੇਸ਼ਾਨੀ ਆ ਰਹੀ ਸੀ ਤਾਂ ਪਿੱਛੇ ਤੋਂ ਬੱਸ ਕੰਡਕਟਰ ਅਤੇ ਡਰਾਈਵਰ ਆਉਂਦੇ ਨੇ ਅਤੇ ਬਾਅਦ ਦੇ ਵਿੱਚ ਅਚਾਨਕ ਉੱਥੇ ਮੌਜੂਦ ਲੋਕਾਂ ਦੇ ਨਾਲ ਉਹਨਾਂ ਦੀ ਬਹਿਸ ਹੋ ਜਾਂਦੀ ਹੈ। ਦੇਖਦੇ ਹੀ ਦੇਖਦੇ ਇਹ ਬਹਿਸ ਹੱਥੋਂ ਪਾਈ ਦੇ ਵਿੱਚ ਬਦਲ ਜਾਂਦੀ ਹੈ, ਜਿਸ ਦੇ ਵਿੱਚ ਕੰਡਕਟਰ ਅਤੇ ਡਰਾਈਵਰ ਦੇ ਸੱਟਾਂ ਲੱਗਦੀਆਂ ਨੇ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋਨਾਂ ਧਿਰਾਂ ਦੀ ਸ਼ਿਕਾਇਤ ਅਤੇ ਸੀਸੀਟੀਵੀ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਟੋਲ ਪਲਾਜ਼ਾ 'ਤੇ ਹੋਈ ਇਸ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਦੁਪਹਿਰ ਦੇ ਲਗਭਗ 2:30 ਵਜੇ ਦੇ ਕਰੀਬ ਉਹ ਟੋਲ ਪਲਾਜ਼ਾ 'ਤੇ ਖੜ੍ਹੇ ਸੀ ਅਤੇ ਅੱਗੇ ਗੱਡੀਆਂ ਦਾ ਟੋਲ ਕੱਟਣ ਦੇ ਵਿੱਚ ਕਾਫ਼ੀ ਟਾਈਮ ਲੱਗ ਰਿਹਾ ਸੀ, ਜਿਸ 'ਤੇ ਉਹਨਾਂ ਨੇ ਜਦ ਕਾਰ ਚਾਲਕ ਅਤੇ ਟੋਲ ਕਰਮੀਆਂ ਦੇ ਨਾਲ ਗੱਲ ਕਰਨੀ ਚਾਹੀ ਤਾਂ ਉੱਥੇ ਵਿਵਾਦ ਹੋ ਜਾਂਦਾ। ਇਸ ਸੰਬੰਧੀ ਰੋਡਵੇਜ਼ ਦੇ ਡਰਾਈਵਰ ਨੇ ਟੋਲ ਕਰਮੀਆਂ ਦੇ ਉੱਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਟੋਲ ਕਰਮੀਆਂ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ, ਜਿਸ ਦੌਰਾਨ ਉਹਨਾਂ ਦੇ ਦੰਦ ਵੀ ਤੋੜ ਦਿੱਤੇ ਗਏ ਅਤੇ ਉਹਨਾਂ ਵੱਲੋਂ ਰੋੜ ਦਾ ਵੀ ਇਸਤੇਮਾਲ ਕੀਤਾ ਗਿਆ ਸੀ। ਵਿਵਾਦ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ SHO ਪਹੁੰਚਦੇ ਨੇ ਅਤੇ ਉਹਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਦੋਨਾਂ ਧਿਰਾਂ ਨਾਲ ਗੱਲ ਕਰਕੇ ਹਾਈਵੇ ਖੁਲਵਾਇਆ ਜਾਂਦਾ ਹੈ, ਜਿਸ ਤੋਂ ਬਾਅਦ ਪੂਰੀ ਘਟਨਾ ਲਈ CCTV ਫੁਟੇਜ ਖੰਗਾਲੇ ਜਾਂਦੇ ਨੇ। SHO ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਟੋਲ ਟੈਕਸ ਦੇ ਉੱਤੇ ਟੋਲ ਕਰਮੀਆਂ ਅਤੇ ਵਾਹਨ ਚਾਲਕਾਂ ਦੇ ਵਿੱਚ ਅਤੇ ਦੋਨਾਂ ਦੇ ਵਿੱਚ ਜੰਮ ਕੇ ਕੁੱਟਮਾਰ ਹੁੰਦੀ ਹੈ, ਜਿਸ ਤੋਂ ਬਾਅਦ ਹਾਈਵੇ ਜਾਮ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਜਾਮ ਖੁਲਵਾ ਦਿੱਤਾ ਜਾਂਦਾ ਹੈ। ਦੋਨਾਂ ਧਿਰਾਂ ਦੀ ਜੋ ਵੀ ਸ਼ਿਕਾਇਤ ਹੋਵੇਗੀ ਉਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਸੁਖਵਿੰਦਰ ਸਿੰਘ ਹੈ ਜੀ, ਮੈਂ ਕੰਡਕਟਰ ਹਾਂ ਪੰਜਾਬ ਰੋਡਵੇਜ਼ ਗਰਾਊਂਡ ਦੀ ਪੂਰਾ ਜੀ। ਸਰ, ਅਸੀਂ 2:20 ਦੇ ਲਗਭਗ ਅਸੀਂ ਟੋਲ 'ਤੇ ਪਹੁੰਚੇ, ਸਾਡੇ ਅੱਗੇ ਇਹਨਾਂ ਦੀ ਇੱਕ ਕਾਰ ਵਾਲੇ ਨਾਲ ਬਹਿਸ ਚੱਲ ਰਹੀ ਸੀ ਟੋਲ ਪਰਚੀ ਦੇ ਸੰਬੰਧ ਵਿੱਚ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਤੁਹਾਡੀ 5 ਮਿੰਟ ਤੋਂ ਵੱਧ ਬਹਿਸ ਚੱਲ ਗਈ ਆ ਵੀ ਤੁਸੀਂ ਗੱਡੀ ਸਾਈਡ 'ਤੇ ਲਾ ਲਓ ਅਤੇ ਸਾਨੂੰ ਲੰਘਣ ਦੇਵੋ, ਸਾਡਾ ਟਾਈਮ ਨਾ ਖਰਾਬ ਕਰੋ। ਅਤੇ ਇਹਨਾਂ ਦੇ 3 ਬੰਦੇ ਗੁੰਡੇ ਆਏ, ਉਹਨਾਂ ਨੇ ਸਾਡੇ ਹੱਥੋਂ ਪਾਈ ਕੀਤੀ ਅਤੇ ਮੇਰੇ ਡਰਾਈਵਰ ਦੇ ਰਾੜ ਮਾਰੀ ਸਿਰ 'ਚ। ਅਤੇ ਉਸ ਤੋਂ ਬਾਅਦ ਇਹਨਾਂ ਨੇ ਅਸੀਂ ਚੌਂਕੀ 'ਚ ਨੇੜੇ ਚੌਂਕੀ 'ਚ ਗਏ, ਉਹਨਾਂ ਨੇ ਸਾਡੀ ਕੋਈ ਗੱਲਬਾਤ ਨਾ ਸੁਣੀ। ਉਸ ਤੋਂ ਬਾਅਦ ਮਜ਼ਬੂਰ ਸਾਡੇ ਜਿਹੜੀਆਂ ਹੋਰ ਸਰਕਾਰੀ ਗੱਡੀਆਂ ਪੰਜਾਬ ਰੋਡਵੇਜ਼ PRTC ਦੀਆਂ ਆਈਆਂ, ਉਹਨਾਂ ਨੂੰ ਜਾਮ ਲਾਉਣਾ ਪਿਆ। ਅਤੇ ਹੁਣ ਸਾਨੂੰ ਇਹਨਾਂ ਨੇ ਆਸ਼ਵਾਸਨ ਦਿੱਤਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ, ਅਸੀਂ ਜੋ ਵੀ ਹੋਈ ਮੈਡੀਕਲ ਵਗੈਰਾ ਕਰਵਾਵਾਂਗੇ ਅਤੇ ਕਾਰਵਾਈ ਕਰਾਂਗੇ। ਉਸ ਤੋਂ ਬਾਅਦ ਜਾਮ ਵੀ ਖੋਲ ਦਿੱਤਾ ਗਿਆ ਜੀ। ਅੱਜ 2:30 ਦੇ ਬਾਅਦ ਸਾਡੇ ਕੋਲ ਸੂਚਨਾ ਆਈ ਸੀ ਕਿ ਟੋਲ 'ਤੇ ਝਗੜਾ ਹੋਇਆ ਹੈ ਔਰ ਜਾਮ ਲੱਗਿਆ ਹੋਇਆ ਔਰ ਟ੍ਰੈਫਿਕ ਬਾਧਿਤ ਹੈ, ਜਿਸ ਸੰਬੰਧ ਮੈਂ ਹਮਾਰੀ ਆਪਣੇ PCR ਰਾਈਡਰ ਜਾਂ ਮੈਂ ਖੁਦ ਮੌਕੇ ਪਹੁੰਚ ਗਿਆ ਥਾ। ਤੋ ਵਹਾਂ ਕਿਆ ਥਾ,
जो एक दो गाड़ियाँ आगे खड़ी थी, पीछे से तीसरी चौथी गाड़ी से रोडवेज वाले अपनी गाड़ी से उतर के आए और उनके साथ बहसबाजी करने लगे टोल वालों के साथ भी, क्यों वो है। तो उन्होंने कहा हमारा सिस्टम थोड़ा डाउन है और दो मिनट में हो जाएगा। तो उस पर उनकी तो मैम हो गई, गाड़ गलोच हुई। गाड़ गलोच के बाद रोडवेज वाले दो टायर अपनी ये लोहे की बारियां निकाल के बसों से और वो लेके आ गए, जिस बात पर उनका झगड़ा हो गया। झगड़ा पड़ने के बाद फिर उन्होंने मारा उनको, उन्होंने मारा दोनों साइड में, थोड़ी चोटें लगी हैं। और फिर वो रोडवेज वाले अंजाम लगा दिया। तो मैंने जैसे उनको कहा ठीक है, झगड़ा अलग चीज़ है, झगड़े में जिसका जो कसूर होगा आप दरखास्त दो, हम कार्रवाई कर देंगे, बाकी जाम नहीं लगा सकते। जीत रोड है, हाईवे को जाम नहीं, एक सेकंड के लिए भी होने दूंगा, इस मुकदमे से पहले आपके खिलाफ मुकदमा दर्ज करूंगा जिन्होंने जाम लगाया। तो उन्होंने मेरे इतने कहते जाम खोल दिया और बाकी जैसे भी हमारे को शिकायतें प्राप्त होंगी हम जाँच करके जिसके खिलाफ जो कार्रवाई बनेगी वो कार्रवाई करेंगे।